ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰਿਆਂ ਦਾ ਸਵਾਗਤ ਸਾਡੇ ਚੈਨਲ ਅਵਟ ਅਵਨ ਫੈਸ਼ਨ ਦੇ ਉੱਤੇ। ਅਤੇ ਅਸੀਂ ਅੱਜ ਆਪ ਜੀ ਲੈ ਕੇ ਆਏ ਵੀਡੀਓ ਜਿਹਦੇ ਵਿੱਚ ਅਸੀਂ ਆਪ ਜੀ ਨੂੰ ਦੱਸਾਂਗੇ ਹਾਊ ਟੂ ਟਾਈ ਇੱਕ ਓਂਕਾਰ ਵਾਲੀ ਪੱਗ। ਤਾਂ ਚਲੀਏ ਸ਼ੁਰੂ ਕਰਦੇ ਨੇ। ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਅਨਾਊਂਸਮੈਂਟ। ਜਿਹੜੇ ਵੀ ਥਿੰਗਸ ਅੱਜ ਦੇ ਇਸ ਟਿਊਟੋਰੀਅਲ ਵਾਸਤੇ ਜ਼ਰੂਰੀ ਨੇ ਉਹ ਵੀਡੀਓ ਦੇ ਐਂਡ ਦੇ ਵਿੱਚ ਦਿੱਤੇ ਜਾਣਗੇ, ਅਤੇ ਆਪ ਜੀ ਨੇ ਵੀਡੀਓ ਨੂੰ ਐਂਡ ਤੱਕ ਵੇਖਣਾ ਤਾਂ ਕਿ ਆਪ ਜੀ ਪੂਰੀ ਡਿਟੇਲ ਦੇ ਨਾਲ ਇਸ ਪੱਗ ਨੂੰ ਟਾਈ ਕਰ ਸਕਦੇ, ਕਿਉਂਕਿ ਇਹ ਸਭ ਤੋਂ ਸਿੰਪਲ ਤਰੀਕਾ ਹੈ ਪੱਗ ਟਾਈ ਕਰਨ ਦਾ। ਅਤੇ ਇਹ ਇੱਕ ਓਂਕਾਰ ਵਾਲੀ ਸਪੈਸ਼ਲ ਟਿਊਟੋਰੀਅਲ ਆਪ ਜੀ ਵਾਸਤੇ ਅਸੀਂ ਅੱਜ ਲੈ ਕੇ ਆ ਰਹੇ ਹਾਂ। ਤਾਂ ਚਲੋ ਫਿਰ ਸ਼ੁਰੂ ਕਰਦੇ ਨੇ। ਅੱਜ ਦੇ ਇਸ ਟਿਊਟੋਰੀਅਲ ਦੇ ਵਿੱਚ ਆਪ ਜੀ ਕੋਲ ਇੱਕ ਇਸ ਤਰੀਕੇ ਦਾ ਕੱਪੜਾ ਹੋਣਾ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਮੈਂ ਮੋਟਾ ਕੱਪੜਾ ਯੂਜ਼ ਕੀਤਾ ਤਾਂ ਕਿ ਜਿਹੜੀ ਹੈ ਉਹ ਲੜ ਥੋੜ੍ਹੇ ਥਿੱਕ ਦਿਖਣ, ਅਤੇ ਪੱਗ ਦਾ ਜਿਹੜਾ ਕੱਪੜਾ ਹੈ ਉਹ ਪਤਲਾ ਕੱਪੜਾ ਹੈ। ਅਤੇ ਆਪ ਜੀ ਨੇ ਕੀ ਕਰਨਾ ਹੈ, ਇਹਨੂੰ ਆਪਣੇ ਪੱਗ ਦੀ ਲੈਂਥ ਦੇ ਹਿਸਾਬ ਦੇ ਨਾਲ ਕੱਟ ਕਰ ਲੈਣਾ ਹੈ, ਤਾਂ ਕਿ ਆਪ ਜੀ ਅਗਰ ਇੱਕ ਤੋਂ ਦੋ ਲੜ ਦੀ ਪੱਗ ਬਣ ਰਹੇ ਹੋ ਤਾਂ ਉਹਦੇ ਹਿਸਾਬ ਦੇ ਨਾਲ, ਅਗਰ ਆਪ ਜੀ ਸਿੰਗਲ ਪੱਗ ਬਣ ਰਹੇ ਹੋ ਜਿਹੜੀ ਕਿ ਇੱਕ ਇੱਕ ਲੜ ਵਾਲੀ 6 ਲੜ ਵਾਲੀ ਪਟਿਆਲਾ ਛੇ ਹੁੰਦੀ ਹੈ ਉਹ ਬਣ ਰਹੇ ਹੋ, ਅਤੇ ਆਪ ਜੀ ਨੇ ਇਕੁਅਲ ਜਿਹੜੇ ਗੈਪ ਰੱਖਣੇ ਨੇ ਸਾਰੇ ਲੜਾਂ ਦੇ ਵਿੱਚ। ਅਤੇ ਅੱਜ ਦੀ ਜਿਹੜੀ ਵੀਡੀਓ ਹੈ ਇਹ ਥੋੜ੍ਹੀ ਫਾਸਟ ਇਸ ਕਰਕੇ ਕਿਉਂਕਿ ਵੀਡੀਓ ਦੀ ਲੈਂਥ ਕਾਫੀ ਲੰਬੀ ਹੋ ਜਾਂਦੀ ਹੈ, ਅਤੇ ਇਸ ਕਰਕੇ ਆਪਾਂ ਨੇ ਜਿਹੜੀ ਹੈ ਵੀਡੀਓ ਦੀ ਲੈਂਥ ਜਿਹੜੀ ਉਹ ਕਾਫੀ ਛੋਟੀ ਰੱਖੀ ਹੈ। ਆਪ ਜੀ ਵੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਇੱਕ ਲੰਬੀ ਸਟ੍ਰਿਪ ਲਾ ਕੇ ਆਪ ਜੀ ਥੱਲੇ ਤੱਕ ਆਪਣੇ ਲੜਾਂ ਨੂੰ ਕਵਰ ਕਰਦੇ ਹੋਏ ਜਾਣਾ ਹੈ। ਅਸੀਂ ਪਹਿਲੇ ਇੱਕ ਓਂਕਾਰ ਦਾ ਇੱਕ ਬਣਾ ਰਹੇ ਨੇ ਸਾਡੀ ਇਸ ਵੀਡੀਓ ਦੇ ਵਿੱਚ। ਆਪ ਜੀ ਵੇਖ ਸਕਦੇ ਹੋ ਸਾਡਾ ਇੱਕ ਦਾ ਜਿਹੜਾ ਲੰਬੀ ਲਾਈਨ ਹੈ ਉਹ ਤਿਆਰ ਹੋ ਗਈ ਹੈ। ਅਤੇ ਹੁਣ ਆਪਾਂ ਨੇ ਜਿਹੜਾ ਐਕਸਟਰਾ ਕੱਪੜਾ ਸੀ ਉਹਨੂੰ ਪਹਿਲੇ ਲੜ ਦੇ ਵਿੱਚ, ਉੱਤੇ ਦੇ ਸਭ ਤੋਂ ਪਹਿਲੇ ਲੜ ਦੇ ਵਿੱਚ ਅਟੈਚ ਕਰਨਾ, ਅਤੇ ਐਂਡ ਤੋਂ ਜਿਹੜਾ ਲੜ ਸੀ ਉਹਨੂੰ ਬਾਹਰ ਕੱਢ ਲੈਣਾ ਹੈ ਫਿਰ ਤੋਂ, ਅਤੇ ਉਹਨੂੰ ਲਾਸਟ ਜਿਹੜਾ ਪਹਿਲਾ ਲੜ ਅਸੀਂ ਲਾਇਆ ਸੀ ਇਹਦੇ ਵਿੱਚ ਲਾਉਣਾ। ਮੇਕ ਸ਼ੋਰ ਕਰਨਾ ਹੈ ਆਪ ਜੀ ਦਾ ਪਹਿਲਾ ਲੜ ਜਿਹੜਾ ਹੈ ਉਹ ਲੂਜ਼ ਨਾ ਹੋ, ਕਿਉਂਕਿ ਆਪ ਜੀ ਦੇ ਪੱਗ ਦੀ ਸਾਰੀ ਜਿਹੜੀ ਸ਼ੇਪ ਹੁੰਦੀ ਹੈ ਉਹ ਉਹਦੇ ਉੱਤੇ ਡਿਪੈਂਡ ਕਰਦੀ ਹੈ। ਅਤੇ ਉਹਨੂੰ ਹਲਕਾ ਜਿਹਾ ਚੱਕ ਕੇ ਆਪ ਜੀ ਨੇ ਜਿਹੜਾ ਹੁਣ ਆਪਾਂ ਨੇ ਬਾਜ਼ ਦੀ ਮਦਦ ਦੇ ਨਾਲ ਜਿੰਨੇ ਵੀ ਸਾਡੇ ਲੜ ਸੀ ਉਹਨਾਂ ਨੂੰ ਸਾਫ਼ ਕਰ ਲੈਣਾ ਹੈ, ਅਤੇ ਇੱਕ ਅਲਾਈਨਮੈਂਟ ਦੇ ਦੇਣੀ ਹੈ, ਅਤੇ ਇੱਕ ਪ੍ਰੋਪਰ ਜਿਹਾ ਇੱਕ ਅਲਾਈਨ ਦੇਣਾ ਹੈ। ਅਤੇ ਜਿਹੜੇ ਵੀ ਲੜ ਲੂਜ਼ ਹੋਏ ਨੇ ਉਹਨਾਂ ਨੂੰ ਬਾਜ਼ ਦੀ ਮਦਦ ਨਾਲ ਟਾਈਟ ਕਰਨਾ ਹੈ, ਅਤੇ ਉਹਨਾਂ ਨੂੰ ਇੱਕ 3D ਜਿਹਾ ਸ਼ੇਪ ਦੇਣਾ ਹੈ ਤਾਂ ਕਿ ਜਿਹੜੇ ਲੜ ਨੇ ਉਹ ਕਾਫ਼ੀ ਜ਼ਿਆਦਾ ਨੀਟ ਦਿਖਣ। ਉਸ ਤੋਂ ਬਾਅਦ ਆਪ ਜੀ ਨੇ ਇੱਕ ਛੋਟਾ ਕੱਪੜਾ ਲੈ ਕੇ ਇੱਕ ਓਂਕਾਰ ਦਾ ਉੱਪਰ ਦਾ ਜਿਹੜਾ ਸਰਕਲ ਆਉਂਦਾ ਹੈ ਉਹ ਸਰਕਲ ਫੋਰਮ ਕਰ ਲੈਣਾ ਹੈ, ਜਿਸ ਤਰ੍ਹਾਂ ਆਪ ਜੀ ਨੂੰ ਵੀਡੀਓ ਵਿੱਚ ਵਿਖਾਇਆ ਜਾ ਰਿਹਾ ਹੈ। ਹੁਣ ਆਪਾਂ ਨੇ ਬਾਜ਼ ਦੀ ਮਦਦ ਦੇ ਨਾਲ ਜਿੰਨੇ ਵੀ ਅਸੀਂ ਇੱਕ ਓਂਕਾਰ ਦੇ ਜਿਹੜਾ ਇੱਕ ਬਣਾਇਆ ਸੀ ਉਹ ਸਾਰੇ ਲੜਾਂ ਨੂੰ ਸਾਫ਼ ਕਰਨਾ ਹੈ ਤਾਂ ਕਿ ਉਹ ਕਾਫ਼ੀ ਜ਼ਿਆਦਾ ਨੀਟ ਦਿਖਣ ਅਤੇ 3D ਲੁੱਕ ਸਾਡੀ ਪੱਗ ਨੂੰ ਦੇਣ। ਹੁਣ ਆਪਾਂ ਨੇ ਕੱਪੜਾ ਲੈਣਾ ਜਿਹੜਾ ਕਿ ਪਿਛਲੇ ਕੱਪੜੇ ਦੀ ਸੇਮ ਲੈਂਦਾ ਹੋਏ, ਅਤੇ ਹੱਥਾਂ ਦੀ ਮਦਦ ਦੇ ਨਾਲ ਉਹਨੂੰ ਸਾਰੇ ਜਿੰਨੇ ਵੀ ਲੜ ਅਸੀਂ ਲਾਏ ਸੀ ਉਹਨਾਂ ਦੇ ਨਾਲ ਅਟਕਾ ਦੇਣਾ ਹੈ, ਜਿਸ ਦੇ ਨਾਲ ਕੀ ਹੋਏਗਾ ਕਿ ਜਦੋਂ ਅਸੀਂ ਬਾਜ਼ ਫਿਰਾਂਗੇ ਉਹ ਕਾਫ਼ੀ ਈਜ਼ੀ ਤਰੀਕੇ ਦੇ ਨਾਲ ਫਿੱਟ ਹੋ ਜਾਏਗਾ। ਆਪ ਜੀ ਵੇਖ ਸਕਦੇ ਹੋ ਇਸ ਤਰੀਕੇ ਨਾਲ ਆਪ ਜੀ ਬਾਜ਼ ਦੀ ਮਦਦ ਦੇ ਨਾਲ ਜਿੰਨੇ ਵੀ ਲੜਨੇ ਉਹਨਾਂ ਨੂੰ ਸਾਫ਼ ਕਰ ਲੈਣਾ ਹੈ, ਅਤੇ ਇੱਕ ਓਂਕਾਰ ਦਾ ਜਿਹੜਾ ਓਂਕਾਰ ਜਿਹੜਾ ਸ਼ੇਪ ਹੈ ਉਹਦੀ ਫਸਟ ਲਾਈਨ ਜਿਹੜੀ ਹੈ ਉਹ ਫੋਰਮ ਕਰ ਲੈਣੀ ਹੈ।
देख सकते हो अपने थले एक लेयर लई है छोटी जी, उस तो बाद ऑल्टरनेटिंग लड़ा दे अपने जोड़ा एक ओंकार का जो प्रॉपर शेप ज गैप फॉर्म करना है ना वो ऑल्टरनेटिंग लड़ा दे ला के फॉर्म करना है। सो आई होप आप जी सारे साड़ी वीडियो पसंद आएगी, जेकर आप जी साड़ी वीडियो पसंद है वीडियो लाइक करो शेयर करो चैनल सब्सक्राइब करना मत भूलो, तो थले कमेंट सेक्शन में दसो कि आप जी ने आज का ट्यूटोरियल किस तरह देखा है, तो अपने सजेशन दसो ते और कोई इस तरीके का ट्यूटोरियल अगर आप जी चाह रहे हो तो थले कमेंट करके दसो मैनू, तो इंस्टाग्राम तो फेसबुक पर जाके सू डीएम कर सकते हो, तो उत्थे साडा नंबर भी है, उत्थे जाके सू कॉल कर सकते हो, तो ईमेल भी कर सकते हो उत्थों। तो जिहड़ी अज्ज दी वीडियो है वह काफ़ी ज़्यादा स्पेशल है, तो गुरपुरब वास्ते हैगी है, तो जो 23rd वाला गुरपुरब है गुरु नानक जयंती का, उस टाइम पर मैं सारे वीरां नूं रिक्वेस्ट करांगी कि इस तरीके की दस्तार सजाण, तो काफ़ी ज़्यादा ऑसम लुक सारे क्राउड तो डिफरेंट वेखण वाला यह एक पगदा ट्यूटोरियल अज अर्बन टर्बन फैशन आप जी वास्ते लेके आया है। तो आप जी सानू जाके साडे इंस्टाग्राम ते फेसबुक ते दोनों जगह ते सानू फॉलो करो। वाहिगुरू जी का खालसा, वाहिगुरू जी की फतेह।